फैडरेशन के होर जथेबंदियां नौजवानों वालों सानू एक वार वार सुझाव दिते गए कि थोड़ा जिहा हफ्ता आप लेट कर लीए ताकि जिहड़े किसानी नाल जुड़े वीर ने ਉਹ ਕੰਮਾਂ ਤੋਂ ਵਿਹਲੇ ਹੋ ਸਕਣ ਤੇ ਨਾਲ ਇਸ ਵਹੀਰ ਦੇ ਵਿੱਚ ਜੋ ਅੰਮ੍ਰਿਤ ਸੰਚਾਰ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਜੋ ਉੱਥੇ ਵਹੀਰ ਨੇ ਪਹੁੰਚਣਾ ਤੇ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਵੀ ਉੱਥੇ ਹੋਵੇ ਉਹਦੇ ਲਈ ਵੀ ਨੌਜਵਾਨਾਂ ਵਿੱਚ ਸਿੱਖ ਸੰਗਤ ਵਿੱਚ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਜਾ ਸਕੇ ਤਾਂ ਕਿ ਵੱਡੀ ਪੱਧਰ ਤੇ ਅੰਮ੍ਰਿਤ ਦਾ ਸੰਚਾਰ ਦਾ ਵਿਕਰਮ ਬਣ ਸਕੇ ਤੇ ਇਹਨਾਂ ਸਾਰੇ ਸੁਝਾਵਾਂ ਨੂੰ ਵੇਖਦਿਆਂ ਹੋਇਆਂ ਅਸੀਂ ਇਹ ਫਿਰ ਫੈਸਲਾ ਕੀਤਾ ਕਿ 13-14 ਦੋ ਦਿਨ ਵਾਸਤੇ ਵਹੀਰ ਜਿਹੜੀ ਹੈ ਉਹ ਇੱਥੋਂ ਸ੍ਰੀ ਮੁਕਤਸਰ ਸਾਹਿਬ ਸ੍ਰੀ ਟੁੱਟੀ ਗੰਢੀ ਸਾਹਿਬ ਤੋਂ ਅਸਥਾਨ ਤੋਂ ਆਰੰਭ ਕਰਕੇ 13 ਤਰੀਕ ਸ਼ਨੀਚਰਵਾਰ 2023 ਨੂੰ ਆਰੰਭ ਕਰਾਂਗੇ ਰਸਤੇ ਵਿੱਚ ਬਠਿੰਡੇ ਥਾਣੀ ਹੁੰਦਿਆਂ ਹੋਇਆਂ एक रस्ते च रात का पड़ा रखांगे फिर 14 तरीक नूं तख्त साहिब ते पहुंच के नाल अमृत अवलाकी साडी संगत जिहड़ी होवेगी उत्थे अमृत संचार का प्रोग्राम वड्डे पद्धर ते बनाया जाएगा। इस करके फिर संगतां दे सारे वीरां दे सुझाव नूं मुख रखदिआं होइआं असीं इह प्रोग्राम थोड़ा जिहा 4 तरीक की बजाए कि 13 तरीक नूं हुण असीं इह बना रहे हां। ठीक है, ਉਹਦੇ ਵਿੱਚ ਅਸੀਂ ਸਾਰੇ ਸਿੱਖ ਜਗਤ ਨੂੰ ਸਾਰੀਆਂ ਤਕਰੀਬਨ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਹਿ ਦਰਗਿਆਂ ਦੇ ਹਰਪ੍ਰੀਤ ਸਿੰਘ ਜੀ ਹੋਰਾਂ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਔਰ ਸਿੱਖ ਸੰਸਥਾਵਾਂ ਨਾਲ ਅਸੀਂ ਸ਼ੁਰੂ ਤੋਂ ਪਹਿਲਾਂ ਵੀ ਜਦੋਂ 4 ਤਰੀਕ ਦਾ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ, ਲੇਕਿਨ ਹੁਣ ਸਾਰਿਆਂ ਦੇ ਸੁਝਾਅ ਨੂੰ ਵੇਖਦਿਆਂ ਹੋਇਆਂ ਕਿ 13 ਤਰੀਕ ਨੂੰ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਇਹ ਇਕੱਲਾ ਭਾਵੇਂ ਦਮਦਮੀ ਟਕਸਾਲ ਅੱਗੇ ਲੱਗ ਕੇ ਕਰ ਰਹੀ ਹੈ ਪਰ ਇਹ ਸਾਰੀਆਂ ਸਿੱਖ ਸੰਸਥਾਵਾਂ, ਫੈਡਰੇਸ਼ਨਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਸਾਰੇ ਜਿੰਨੀਆਂ ਸੰਪਰਦਾਵਾਂ ਨੇ, ਸਿੰਘ ਸਭਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਰਿਆਂ ਦੇ ਸਹਿਯੋਗ ਨਾਲ ਇਹ ਵੱਡੀ ਪੱਧਰ 'ਤੇ ਅਸੀਂ ਇਹ ਜਿਹੜੀ ਇਹ ਵਜ਼ੀਰ ਹੈ ਇਹ ਨਗਰ ਕੀਰਤਨ ਦੇ ਰੂਪ ਸ੍ਰੀ ਦਮਦਮਾ ਸਾਹਿਬ ਲੈ ਕੇ ਪਹੁੰਚਾਂਗੇ ਤੇ ਸਾਰੀ ਅੰਮ੍ਰਿਤ ਸੰਚਾਰ ਹੋਵੇਗਾ। ਖਾਲਸਾ ਜੀ, ਜਿਹੜਾ ਅੰਮ੍ਰਿਤਪਾਲ ਦੇ ਕਾਂਡ ਦੇ ਰੂਪ ਦੇ ਵਿੱਚ ਤਾਰਪੀਡੋ ਕੀਤਾ ਗਿਆ ਇਹ ਪ੍ਰੋਗਰਾਮ, ਕੀ ਉਹਦੇ 'ਤੇ ਤੁਹਾਨੂੰ ਲੱਗਦਾ ਵੀ ਸਰਕਾਰ ਕਰਨ ਦੇ ਦੇਵੇਗੀ ਤੁਹਾਨੂੰ? ਇਹ ਵੇਖੋ, ਅੰਮ੍ਰਿਤ ਸੰਚਾਰ ਕਰਨਾ, ਨਸ਼ਿਆਂ ਤੋਂ ਮੁਕਤ ਕਰਨਾ, ਨੌਜਵਾਨਾਂ ਨੂੰ ਬਚਾਉਣਾ ਸਾਡਾ ਹੀ ਇਹ ਕਰਮ ਧਰਮ ਹੈ ਟਕਸਾਲ ਦਾ। ਜੇ ਸਰਕਾਰ ਇਹ ਵੀ ਨਹੀਂ ਸਾਨੂੰ ਕਰਨ ਦਿੰਦੀ ਤੇ ਫਿਰ ਸਾਨੂੰ ਪਤਾ ਹੀ ਹੈ ਕਿ ਫਿਰ ਕਿ ਅਸੀਂ ਇਹ ਤੋਂ ਵੱਧ ਗੁਲਾਮੀ ਹੋਰ ਕੀ ਸਕਦੇ ਜਾਂ ਆਪਣੇ ਧਰਮ ਦਾ ਪ੍ਰਚਾਰ ਵੀ ਨਹੀਂ ਕਰ ਸਕਦੇ, ਇਹ ਤਾਂ ਕੋਈ ਗੱਲ ਨਹੀਂ ਹੈ। ਅੰਮ੍ਰਿਤਪਾਲ ਸਿੰਘ ਇਹੀ ਕੁਛ ਕਰ ਰਿਹਾ ਸੀ ਜਿਹਨਾਂ ਨੂੰ ਰੋਕਿਆ ਗਿਆ? ਠੀਕ ਹੈ, ਅੰਮ੍ਰਿਤਪਾਲ ਸਿੰਘ ਕਰ ਰਿਹਾ ਸੀ ਉਹਨੂੰ ਰੋਕਿਆ ਗਿਆ। ਦਮਦਮ ਟਕਸਾਲ ਸ਼ੁਰੂ ਤੋਂ ਇਹੀ ਕੰਮ ਕਰਦੀ ਆਈ ਆ ਤੇ ਉਹ ਵੱਡੇ ਪੱਧਰ ਤੇ ਕਰੇਗੀ, ਇਹੋ ਜਿਹਾ ਸਮਾਂ ਆਉਂਦਾ ਮੌਕੇ ਦਾ ਪਤਾ। ਸਿੰਘ ਸਾਹਿਬ ਜੀ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਮਾਹੌਲ ਜਿਹੜਾ ਪੰਜਾਬ ਦਾ ਜਿਹੜਾ ਉਹ ਡਰਾਵਣਾ ਜਾ ਰਿਹਾ, ਬੜੀਆਂ ਗ੍ਰਿਫਤਾਰੀਆਂ ਹੋਈਆਂ, ਪੰਥਕ ਆਗੂਆਂ ਦੀਆਂ ਵੀ ਹੋਈਆਂ, ਤਾਂ ਮੇਰਾ ਸਵਾਲ ਹੈ ਵੀ ਜਿਹੜੀ ਤੁਸੀਂ ਖਾਲਸਾ ਵਹੀਰ ਦਾ ਇਹ ਪੜਾਅ ਸ਼ੁਰੂ ਕਰ ਰਹੇ ਹੋ, ਕੀ ਅੰਮ੍ਰਿਤਪਾਲ ਸਿੰਘ ਦੇ ਸੁਨੇਹੇ ਤੇ ਕਰ ਰਹੇ ਹੋ ਜਾਂ ਜਿਨ੍ਹਾਂ ਦਿਨਾਂ 'ਚ ਉਹ ਰੂਪ ਹੋਸ਼ ਰਹੇ, ਕੀ ਤੁਹਾਡੀਆਂ ਕੋਈ ਮੇਲ ਹੋਇਆ ਸੀ ਜਾਂ ਤੁਹਾਡਾ ਨਿੱਜੀ ਮਤਲਬ ਸਿੰਘਾਂ ਦਾ ਹੋਇਆ ਵੀ ਆਪਾਂ ਅੱਗੇ ਤੋਰਨਾ ਚਾਹੀਦਾ ਹੈਗਾ? ਵੇਖੋ, ਸਾਡਾ ਜਦੋਂ ਤੋਂ ਉਹ 18 ਤਰੀਕ ਤੋਂ ਇਹ ਦੁਕਾਨ ਤੋਂ ਵਾਪਰਿਆ 18 ਮਾਰਚ ਤੋਂ ਜੀ, ਸਾਡਾ ਉਹਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ, ਕੋਈ ਸਾਡੀ ਮੁਲਾਕਾਤ ਨਹੀਂ, ਕੋਈ ਸਾਡੇ ਨਾਲ ਗੱਲ ਨਹੀਂ ਪੁੱਛ ਸਕੀ ਤੇ ਉਹ ਅਸੀਂ ਤਾਂ ਸਮਝਦੇ ਹਾਂ ਕਿ ਉਦੋਂ ਤੋਂ ਹੀ ਫੜਿਆ ਬਾਅਦ ਚਾ ਜਿਹੜਾ 23 ਤਰੀਕ ਨੂੰ ਜੋ ਕੁਛ ਹੋ ਗਿਆ, ਚਲੋ ਇਹ ਗੁਰੂ ਜਾਣੇ ਵੀ ਕੀ ਵਾਪਰਿਆ, ਉਹ ਤਾਂ ਬਾਹਰ ਜਦੋਂ ਆਊਗਾ ਉਦੋਂ ਹੀ ਦੱਸ ਸਕਦਾ ਉਹ ਹੀ, ਪਰ ਸਾਡਾ ਉਹਦੇ ਨਾਲ ਕੋਈ ਨਹੀਂ। ਅਸੀਂ ਤਾਂ ਸ਼ੁਰੂ ਤੋਂ ਇਹ ਸਮਝਿਆ ਵੀ ਇਹ ਖੜੋਤ ਜਿਹੜੀ ਨਹੀਂ ਸੀ ਆਉਣੀ ਚਾਹੀਦੀ ਤੇ ਦਮਦਮ ਟਕਸਾਲ ਜਿਹੜੀ ਆ ਉਹ ਇਹ ਬੀੜਾ ਚੁੱਕੇ ਤੇ ਨੌਜਵਾਨਾਂ 'ਚ ਅੰਮ੍ਰਿਤ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਅਸੀਂ ਇਹ ਕਰ ਰਹੇ ਹਾਂ ਤੇ ਉਹ ਵੈਸੇ ਉਹਦੇ ਨਾਲ ਸਾਡੀ ਇਸ ਮੱਤ 'ਤੇ ਕੋਈ ਵਿਚਾਰ ਨਹੀਂ। ਇਹ ਕਿੰਨੇ ਦਿਨ ਦਾ ਹੋਊਗਾ ਜੀ ਤੁਹਾਡਾ ਪ੍ਰੋਗਰਾਮ? ਇਹ ਵੇਖੋ, ਅਸੀਂ 13 ਤਰੀਕ ਨੂੰ ਸ਼ੁਰੂ ਕਰਾਂਗੇ ਇੱਥੋਂ, ਰਸਤੇ 'ਚ ਹੋ ਸਕਦਾ ਇੱਕ ਰਾਤ ਦਾ ਅਸੀਂ ਪੜਾਅ ਕਰੀਏ ਤੇ 14 ਨੂੰ ਐਤਵਾਰ ਨੂੰ ਉੱਥੇ ਤਖ਼ਤ ਦਮਦਮਾ ਸਾਹਿਬ ਪਹੁੰਚ ਗਏ ਤਾਂ ਕਿ ਉੱਥੇ ਐਤਵਾਰ ਨੂੰ ਅੰਮ੍ਰਿਤ ਸੰਚਾਰ ਜਿਹੜਾ ਹੁੰਦਾ ਉਹ 'ਚ ਵੱਡੀ ਪੱਧਰ 'ਤੇ ਸੰਗਤਾਂ ਅੰਮ੍ਰਿਤ ਇਲਾਕੇ 'ਚ ਪਹੁੰਚ ਕੇ ਅੰਮ੍ਰਿਤ ਛਕ ਸਕਣ।
ਜਿਹੜੀ ਖਾਲਸਾ ਵਜੀਰ ਅੰਮ੍ਰਿਤਪਾਲ ਹੋਰਾਂ ਨੇ ਬੰਦ ਕੀਤੀ ਸੀ ਅਸੀਂ ਮੰਨ ਸਕਦੇ ਹਾਂ ਉਹਦੇ ਹਿੱਸੇ ਦੇ ਰੂਪ 'ਚ ਅੱਗੇ ਨੂੰ ਜਾਏਗੀ ਜਿਹੜੀ ਤੁਸੀਂ ਆਰੰਭ ਕਰ ਰਹੇ ਹੋ ਪਹਿਲਾਂ ਇੱਕ ਹੀ ਪੜਾਅ ਹੋਏਗਾ ਜਾਂ ਹੋਰ ਵੀ ਪੜਾਅ ਹੋਣਗੇ ਇਸਦੇ ਅਸੀਂ ਜਿਹੜੀ ਸ਼ੁਰੂ ਕਰ ਰਹੇ ਹਾਂ ਵੇਖੋ ਕਿ ਅਸੀਂ ਇੱਥੋਂ ਸ਼ਨੀਚਰਵਾਰ ਆਰੰਭ ਕਰਾਂਗੇ ਇੱਕ ਦਿਨ 'ਚ ਪਹੁੰਚਦੀ ਹੈ ਕਿ ਦੂਜੇ ਦਿਨ ਪਹੁੰਚਦੀ ਹੈ ਕਿਉਂਕਿ ਦੁਪਹਿਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਦਮਦਮਾ ਸਾਹਿਬ ਐਤਵਾਰ ਨੂੰ ਉਹਦੇ ਵਿੱਚ ਅਸੀਂ ਯਤਨ ਕਰਾਂਗੇ ਕਿ ਸਾਰੀ ਸੰਗਤ ਜਿਹੜੀ ਵੱਡੇ ਪੱਧਰ 'ਤੇ ਅੰਮ੍ਰਿਤ ਛਕਣ ਵਾਸਤੇ ਮੁਕੰਮਲ ਆ ਕੇ ਪਹੁੰਚ ਸਕਣ ਉਹ ਵਿਚਾਰ ਆਉਣ ਵਾਲੇ ਦਿਨਾਂ 'ਚ ਕਰ ਲਵਾਂਗੇ ਕਿ ਦੋ ਦਿਨ ਦੀ ਕਰਨੀ ਹੈ ਕਿ ਕਿੰਨਾ ਦਿਨ ਦੀ ਕਰਨੀ ਹੈ ਇੱਕ ਦਿਨ ਦੀ ਤਾਂ 13 ਨੂੰ ਤਾਂ ਅਸੀਂ ਆਰੰਭ ਕਰ ਹੀ ਦੇਣੀ ਹੈ ਨਹੀਂ ਸਵਾਲ ਇਹ ਹੈ ਕਿ ਇਹ ਕੀ ਜਿਹੜੀ ਤੁਸੀਂ ਇੱਥੋਂ ਆਰੰਭ ਕਰ ਰਹੇ ਹੋ ਇਹ ਹੀ ਹੋਊਗੀ ਕਿ ਇਸ ਤੋਂ ਬਾਅਦ ਤੁਸੀਂ ਵੱਖ ਵੱਖ ਥਾਵਾਂ ਤੋਂ ਫਿਰ ਸ਼ੁਰੂ ਦਮਦਮਾ ਸਾਹਿਬ ਤੋਂ ਅੱਗੇ ਵੀ ਕਿਤੇ ਜਾਓਗੇ ਅਸੀਂ ਇਹ ਵੇਖੋ ਪਹਿਲਾਂ ਇੱਥੋਂ ਕਰਾਂਗੇ ਉਸ ਤੋਂ ਬਾਅਦ ਫਿਰ ਸੰਗਤਾਂ ਨਾਲ ਇਲਾਕਿਆਂ ਨਾਲ ਪ੍ਰੋਗਰਾਮ ਬਣਾ ਕੇ ਸੰਗਤਾਂ ਨਾਲ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਾਂਗੇ ਖਾਲਸਾ ਜੀ ਜਿਹੜਾ ਬਜ਼ੁਰਗਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 1975 ਵਿੱਚ 300 ਸਾਲਾਂ ਜਦੋਂ ਵਰ੍ਹੇਗੰਢ ਮਨਾਈ ਸੀ ਤਾਂ ਉਹਨਾਂ ਨੇ 37 ਨਗਰ ਕੀਰਤਨ ਐਮਰਜੈਂਸੀ ਵਿੱਚ 1975 ਵਿੱਚ ਉਹਨਾਂ ਕੱਢੇ ਸੀ ਇਹ ਅਸੀਂ ਨਗਰ ਕੀਰਤਨ ਜਿਹੜੇ ਸੰਗਤਾਂ 'ਚ ਪੰਜਾਬ 'ਚ ਜਾਗਰਤੀ ਲਿਆਉਣ ਵਾਸਤੇ ਇਹ ਅਸੀਂ ਖਾਲਸਾ ਵੀਰ ਦੇ ਨਾਂ 'ਤੇ ਕੱਢ ਰਹੇ ਹਾਂ ਸਰ ਤੁਹਾਡੇ ਵੱਲੋਂ ਜੋ ਖਾਲਸਾ ਵੀਰ ਚਲਾਈ ਜਾ ਰਹੀ ਹੈ ਸੰਗਤਾਂ ਵਿੱਚ ਕਿੰਨਾ ਸਾਥ ਦੇ ਅਸੀਂ ਜਿੱਥੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਾ ਜਾਂ ਜਿਸ ਜਥੇਬੰਦੀ ਦੇ ਕਿਸੇ ਜ਼ਿੰਮੇਵਾਰ ਨਾਲ ਗੱਲ ਕੀਤੀ ਹੈ ਸਾਨੂੰ ਉਹਨਾਂ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਸੰਗਤਾਂ 'ਚ ਇਸ ਗੱਲ ਦੀ ਕੋਈ ਕਮੀ ਨਹੀਂ ਆਵੇਗੀ ਠੀਕ ਹੈ ਭਾਵੇਂ ਸਰਕਾਰ ਵੱਲੋਂ ਜੇ ਥੋੜ੍ਹਾ ਦਬਦਬਾ ਪੈਦਾ ਕੀਤਾ ਜਾ ਰਿਹਾ ਪਰ ਫਿਰ ਵੀ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਿਹਾ ਸੀਗਾ 27 ਵਾਲੀ ਮੀਟਿੰਗ 'ਚ ਵੀ ਅਸੀਂ ਖਾਲਸਾ ਵਹੀਰਾ ਕੱਢਾਂਗੇ ਕੀ ਇਹ ਖਾਲਸਾ ਵਹੀਰ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੋਏਗੀ ਜਾਂ ਇਕੱਲਾ ਸੱਦਾ ਦਿੱਤਾ ਗਿਆ ਕੀ ਰਲ ਕੇ ਹੋਏਗਾ ਜੀ ਵੇਖੋ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਅਸੀਂ ਸਾਰਿਆਂ ਨੂੰ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨੋਟਿਸ ਵਿੱਚ ਵੀ ਲਿਆਂਦਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਸਾਰੇ ਦਿੱਲੀ ਕਮੇਟੀ ਹਰਿਆਣਾ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਅਸੀਂ ਸਾਰਿਆਂ ਨੂੰ ਦੱਸਿਆ ਕਿ ਅਸੀਂ ਇਹ ਪ੍ਰੋਗਰਾਮ ਉਲੀਕਿਆ ਸਾਡਾ ਸਹਿਯੋਗ ਕਿੰਨਾ ਕਿੰਨਾ ਸਹਿਯੋਗ ਮਿਲਦਾ ਤਾਂ ਸਮਾਂ ਦੱਸੇ ਵੈਸੇ ਤੁਹਾਨੂੰ ਕੀ ਲੱਗਦਾ ਕੁਛ ਨਹੀਂ ਹੈ ਜੇ ਲੱਗਦੇ ਤਾਂ ਕੋਈ ਪਤਾ ਨਹੀਂ ਸਮਾਂ ਹੁਣ ਤਾਂ ਪਤਾ ਲੱਗੂਗਾ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਇੱਕ ਵਹੀਰ ਇੱਧਰੋਂ ਸ਼ੁਰੂ ਹੋ ਗਈ ਉਸ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਵੱਖ ਵੱਖ ਤੌਰ ਤੇ ਇਦਾਂ ਦੇ ਪ੍ਰੋਗਰਾਮ ਰੱਖਣਗੇ ਵੇਖੋ ਕਿਸੇ ਜਥੇਬੰਦੀ ਨੇ ਨਹੀਂ ਸ਼ੁਰੂ ਕੀਤੀ ਅਸੀਂ ਕੀਤੀ ਆ ਜੇ ਕੋਈ ਹੋਰ ਵੀਰ ਵੀ ਕਰਦਾ ਤੇ ਕੋਈ ਗੱਲ ਨਹੀਂ ਅਸੀਂ ਤਾਂ ਆਪਦੇ ਸਾਡਾ ਤਾਂ ਟਕਸਾਲ ਦਾ ਕਰਮ ਧਰਮ ਆ ਅਸੀਂ ਤਾਂ ਕਰ ਰਹੇ ਹਾਂ ਨਾ ਅਸੀਂ ਇਹ ਹੁਣ ਭਵਿੱਖ ਦਾ ਕਿਸੇ ਨੂੰ ਕੀ ਦੱਸ ਸਕਦੇ ਹਾਂ ਵੀ ਉਹ ਫਲਾਣਾ ਕਰੋ ਤੇ ਦੂਜਾ ਕਰੋ ਅੱਜ ਤੱਕ ਤਾਂ ਕਿਸੇ ਨੇ ਕੀਤੀ ਨਹੀਂ।